हाँ जी, किदा मेरा नाम है लक्ष्य, तुसी वेख रहे हो अफसर रैंक वीडियोस। आज मैं आया खालसा कॉलेज, ऐसा रहा है खालसा कॉलेज ते खालसा कॉलेज का सारा व्यू हैगा वै। तो अज मैं इतने ब्लॉग कर जा रहा, तो सारा कुछ दसागा खालसा कॉलेज किदा का हैगा वै, इतने की हैगा वै, कि क्लासा है वै, तो की हिस्ट्री है, सब कुछ दस दें। तो चलो करते हैं शुरू वीडियो, माता का नाम लैके जय माता दी। ਜੇ ਕੋਈ ਔਨ ਡਿਮਾਂਡ ਹੋਵੇ, ਕੋਈ ਸਪੈਸ਼ਲ ਡਿਪਾਰਟਮੈਂਟ, ਕੋਈ ਸਪੈਸ਼ਲ ਡਿਮਾਂਡ ਹੋਵੇ, ਕੋਈ ਡਿਪਾਰਟਮੈਂਟ ਵੇਖਣਾ ਹੋਵੇ ਕਿਹੜੀ ਚੀਜ਼ ਕਿੱਥੇ ਹੈਗੀ ਹੈ, ਅਸੀਂ ਫਿਰ ਤੋਂ ਇੱਕ ਹੋਰ ਵੀਡੀਓ ਕਵਰ ਕਰ ਲਾਂਗੇ। ਤੁਸੀਂ ਮੈਨੂੰ ਕਮੈਂਟ 'ਚ ਦੱਸੋ ਕਿੱਥੇ ਕਿੱਥੇ ਆਪਾਂ ਆਉਣਾ ਆਉਣਾ ਵੈ, ਅਤੇ ਆਪਾਂ ਮਿਲਦੇ ਹਾਂ ਫਿਰ ਜਿੱਥੇ ਤੁਸੀਂ ਕਹੋਗੇ। ਸਾਰੀ ਆ ਗਈਆਂ ਕਲਾਸਾਂ ਆਸੇ ਪਾਸੇ, ਹਰ ਇੱਕ ਕਲਾਸ ਦੇ ਗੇਟ ਦੇ ਬਾਹਰ ਇੱਕ ਕੋਟ ਲਿਖਿਆ ਹੋਇਆ ਵਾ, ਜਿਵੇਂ ਸਾਹਮਣੇ ਜੋ ਕਿ ਦੇਖ ਰਹੇ ਹਾਂ ਇਹ ਲਿਖਿਆ ਹੋਇਆ ਵਾ, ਦੇਖ ਲਓ ਹਰ ਇੱਕ ਕਲਾਸ ਦੇ ਬਾਹਰ ਲਿਖਿਆ ਹੋਇਆ। ਕਿਹਾ ਹੈਗਾ ਵਾ ਅੰਮ੍ਰਿਤਸਰ ਦਾ ਮਸ਼ਹੂਰ ਖਾਲਸਾ ਕੋਲੇਜ, ਜਿੱਥੇ ਕਿ ਕਈ ਗਾਣੇ, ਕਈ ਫਿਲਮਾਂ ਸ਼ੂਟ ਹੋਈਆਂ ਵਾ, ਕਈ ਗਾਣੇ ਸ਼ੂਟ ਹੋਏ ਆ। ਅਤੇ ਇਹਦੀ ਹਿਸਟੋਰੀਕਲ ਆਪਾਂ ਵੇਖੀਏ ਤਾਂ ਮਹਾਰਾਜਾ ਰਣਜੀਤ ਸਿੰਘ ਹੈਗਾ ਜੀ, ਉਹਨਾਂ ਦਾ ਮਹਿਲ ਹੈਗਾ ਵਾ ਪੁਰਾਣਾ, ਪੁਰਾਣੇ ਟਾਈਮ ਦਾ। ਲੋਕਡਾਊਨ ਚੱਲ ਰਿਹਾ ਇਸ ਕਰਕੇ ਕੋਈ ਵੀ ਬੱਚੇ ਇੱਥੇ ਹੈਗੇ ਨਹੀਂ ਹਾਲੇ। मेन एंट्रेंस है ना वाली, ओ वाली। अच्छा, तो ए साइड का हैगा वै सारा व्यू, तो अगे जाके वो जो एरिया हैगा वै, इधर की मेन एंट्रेंस हैगी है, मतलब अंदर जाने का मेन रस्ता हैगा वै। तो यह सारा व्यू हैगा वै खालसा कॉलेज, उत्ते चारों पासे घड़िया लगी है वै, ए कुछ मिसाइल तोप जी लगी हुई है, तो यह सारी पिछे ग्राउंड हैगी है इधरों लैके, तो वो उधर पूरी ग्राउंड हैगी है, तो उत्ते सारिया क्लासा है वै। ऐसी मेन एंट्रेंस हैगी इधरों, इधरों अंदर जाते हैं तो सारे अपनी क्लासा वाल जा सकते हैं। तो उस साइड वालू लाइब्रेरी हैगी है, लाइब्रेरी है ना, उस साइड वालू लाइब्रेरी हैगी है। तो एन सी सी वाले स्टूडेंट वो वेखो परेड वगैरह कर रहे हैं, बैठे हुए हैं हाले, तो एन सी सी वाले स्टूडेंट है, तो कई लोग पेड़ की छां च है। सारा व्यू है, काफ़ी वड्डा है कॉलेज, पिछली साइड भी काफ़ी वड्डा है, तो अगे भी काफ़ी वड्डा है। तो आप चलो चलते हैं अंदर वाली साइड, तो अंदर का सारा व्यू विखा कि है वा। इत्थे बास्केटबॉल ग्राउंड भी बनी हुई है, देखो ए बास्केटबॉल ग्राउंड हैगी है। पंजाब ए लाइब्रेरी है अगे, अच्छा अगे वो लाइब्रेरी हैगी बार, इधरों वख वख डिपार्टमेंट्स जाने का रस्ता है वा। की लाइब्रेरी है की गा वा, कैंटीन, अच्छा हैगी है खालसा कॉलेज की कंटीन, फिलहाल तो बंद पई है क्योंकि स्टूडेंट वगैरह घट ही आते, एडमिशन वगैरह ही कराते हैं, बाकी ऑनलाइन ही हो रही है।
ਵੇਖੋ ਇਹ ਲਿਖਿਆ ਕੈਫੇਟੇਰੀਆ ਅੰਦਰ ਤੇ ਇਧਰੋਂ ਸਾਰਾ ਐਡਮਿਸ਼ਨ ਬਲੋਗ ਹੈਗਾ ਵਾ ਐਡਮਿਸ਼ਨ ਵਗੈਰਾ ਕਰਾਉਣੀ ਹੋਵੇ ਤਾਂ ਇਧਰੋਂ ਚਾਹੀਦਾ Much later. ਆਪਾਂ ਹੁਣ ਆ ਗਏ ਆ ਪਾਰਕਿੰਗ ਵਿੱਚ ਅਤੇ ਆਪਣੀ ਸਕੂਟੀ ਫੜੀਏ ਅਤੇ ਪਿੱਛੇ ਵਾਲੀ ਸਾਈਡ ਇੱਕ ਗੁਰਦੁਆਰਾ ਵੀ ਹੈਗਾ ਵਾ ਉੱਥੇ ਜਾਂਦੇ ਹਾਂ ਉਹ ਵੀ ਵਿਖਾਉਣਾ ਕਿੱਦਾਂ ਦਾ ਹੈਗਾ ਗੁਰਦੁਆਰਾ ਅਤੇ ਉਸ ਸਾਈਡ ਜਾਂਦੇ ਹਾਂ ਸਕੂਟਰੀ ਕੱਢ ਕੇ ਆਪਣੀ ਫਾਰਮੇਸੀ ਦਾ ਹੈਗਾ ਹੈ ਨਾ ਫਾਰਮੇਸੀ ਦਾ ਹੈਗਾ ਗੇਟ ਸਾਰਾ ਗੁਰਦੁਆਰੇ ਰੋਡ ਇਹ ਸਾਰਾ ਜੋ ਰੋਡ ਜਾ ਰਿਹਾ ਗੁਰਦੁਆਰੇ ਨੂੰ ਜਾ ਰਿਹਾ ਰੋਡ ਹੈ ਇੱਧਰੋਂ ਆਪਾਂ ਸਿੱਧਾ ਜਾਣਾ ਵਾ ਅੱਛਾ ਇਹ ਫਿਜ਼ੀਓਥੈਰੇਪੀ ਡਿਪਾਰਟਮੈਂਟ ਹੈਗਾ ਵਾ ਇਹ ਸਾਰਾ ਡਿਸਪੈਂਸਰੀ ਵਗੈਰਾ ਫਿਜ਼ੀਓਥੈਰੇਪੀ ਦਾ ਡਿਪਾਰਟਮੈਂਟ ਹੈਗਾ ਵਾ ਸਾਰਾ ਇਹਦੇ ਬਾਹਰ ਪਾਰਕਿੰਗ ਅਤੇ ਇਹ ਆ ਗਿਆ ਗੁਰਦੁਆਰਾ ਆਪਾਂ ਬਾਹਰੋਂ ਹੀ ਮੱਥਾ ਟੇਕਾਂਗੇ ਅਤੇ ਤੁਹਾਨੂੰ ਇਹ ਦੂਰੋਂ ਵਿਖਾ ਦਈਏ ਗੁਰਦੁਆਰਾ ਕਿੱਦਾਂ ਦਾ ਹੈਗਾ ਵਾ ਇਹ ਗੁਰਦੁਆਰੇ ਦੀ ਇੱਧਰੋਂ ਐਂਟਰੈਂਸ ਹੈਗੀ ਆ ਅਤੇ ਇਹ ਗੁਰਦੁਆਰਾ ਆਉਂਦਾ ਵਾ ਇਸ ਤੋਂ ਅੱਗੇ ਕੀ ਹੈਗਾ ਵਾ ਸਿੱਖ ਰਿਸਰਚ ਸੈਂਟਰ ਹੈਗਾ ਵਾ ਸਿੱਖ ਰਿਲੀਜਨ ਦਾ ਰਿਸਰਚ ਸੈਂਟਰ ਹੈਗਾ ਇਹ ਕਾਲਜ ਦੀ ਕਲਾਸਾਂ ਦੀ ਬੈਕ ਸਾਈਡ ਸਿੱਧਾ ਸਿੱਧਾ ਜਾ ਰਹੇ ਹਾਂ ਇੱਧਰ ਵਾਲੀ ਸਾਈਡ ਸਕੂਲ ਵੀ ਹੈਗਾ ਵਾ ਖਾਲਸਾ ਸਕੂਲ ਇਹ ਵੇਖੋ ਕਾਲਜ ਦੇ ਵਿੱਚ ਹੀ ਸਕੂਲ ਹੈਗਾ ਵਾ ਨਾਲ ਇਹ ਸਕੂਲ ਦਾ ਏਰੀਆ ਹੈਗਾ ਸਾਰਾ ਇਹ ਸਕੂਲ ਜਿਹੜਾ ਹੈਗਾ ਵਾ ਬਸ ਮੁੰਡਿਆਂ ਲਈ ਹੈਗਾ ਵਾ ਅਤੇ ਜਿਹੜਾ ਇਹ ਵਾਲਾ ਹੈਗਾ ਵਾ ਇਹ ਵਾਲਾ ਜਿਹੜਾ ਹੈਗਾ ਵਾ ਇਹ ਕੁੜੀਆਂ ਦਾ ਹੈਗਾ ਵਾ ਇਹਦੀ ਬੈਕ ਸਾਈਡ 'ਤੇ ਇਹਦੇ ਅੰਦਰ ਜੋ ਹੈਗਾ ਸਵਿਮਿੰਗ ਪੂਲ ਹੈਗਾ ਵਾ ਅਤੇ ਇਹ ਕੁੜੀਆਂ ਦਾ ਸਕੂਲ ਹੈਗਾ ਇਹ ਇੱਕ ਹੋਰ ਗਰਾਊਂਡ ਹੈ ਕ੍ਰਿਕਟ ਦੀ ਅੱਛਾ ਕ੍ਰਿਕਟ ਦੀ ਗਰਾਊਂਡ ਹੈਗੀ ਹੈ ਇੱਥੇ ਮੈਚ ਵਗੈਰਾ ਹੁੰਦੇ ਕ੍ਰਿਕਟ ਦੇ ਐਗਰੀਕਲਚਰ ਉਹ ਸਾਹਮਣੇ ਉਹ ਜੋ ਸਾਹਮਣੇ ਦਿਖ ਰਿਹਾ ਵਾ ਉਹ ਐਗਰੀਕਲਚਰ ਡਿਪਾਰਟਮੈਂਟ ਹੈਗਾ ਵਾ ਆਈ ਥਿੰਕ ਪੇੜਾ ਵਿੱਚ ਇਹ ਸਾਹਮਣੇ ਵਾਲਾ ਇਹ ਬੋਇਸ ਹੋਸਟਲ ਹੈਗਾ ਵਾ ਇੱਥੇ ਜਿਹੜੇ ਬਾਹਰੋਂ ਆਉਂਦੇ ਆ ਉਹਨਾਂ ਲਈ ਹੋਸਟਲ ਬਣਾਇਆ ਹੋਇਆ ਵਾ ਇਹ ਫਿਰ ਆਪਾਂ ਘੁੰਮ ਕੇ ਆ ਗਏ ਆ ਫਾਰਮੇਸੀ ਰਿਸਰਚ ਬਲੋਕਸ 'ਚ ਹੁਣ ਆਪਾਂ ਆ ਗਏ ਆ ਦੁਬਾਰਾ ਤੋਂ ਵਾਪਸ ਐਡਮਿਨਿਸਟ੍ਰੇਟਰ ਬਲੋਕ 'ਤੇ ਪਾਰਕਿੰਗ ਅਤੇ ਇਹ ਸੀਗਾ ਖਾਲਸਾ ਕਾਲਜ ਦਾ ਵਿਊ ਖਾਲਸਾ ਕਾਲਜ ਦੇਖੋ ਹੁਣ ਜਾ ਰਹੇ ਆਪਾਂ ਵਾਪਸ ਇਹ ਸਾਰਾ ਵਿਖਾ ਤਾ ਤੁਹਾਨੂੰ ਖਾਲਸਾ ਕਾਲਜ ਅਤੇ ਬਾਕੀ ਕੋਈ ਹੋਰ ਡਿਟੇਲ ਵਿੱਚ ਕੋਈ ਜਗ੍ਹਾ ਵੇਖਣੀ ਹੋਵੇਗੀ ਤਾਂ ਤੁਸੀਂ ਕਮੈਂਟ ਕਰਿਓ ਅਤੇ ਆਪਾਂ ਫਿਰ ਤੋਂ ਆ ਕੇ ਬਣਾਵਾਂਗੇ ਇੱਥੇ ਆ ਕੇ ਵੀਡੀਓ ਅਤੇ ਬਾਕੀ ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ ਇਹ ਸੀਗੀ ਖਾਲਸਾ ਕਾਲਜ ਦੀ ਵੀਡੀਓ ਅਤੇ ਬਸ ਇਹੀ ਸੀਗਾ ਅੱਜ ਦੀ ਵੀਡੀਓ ਵਿੱਚ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਰ ਦਿਉ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਉ ਮਿਲਦੇ ਹਾਂ ਆਪਾਂ ਅਗਲੀ ਵਾਲੀ ਵੀਡੀਓ 'ਚ ਤੁਹਾਡੇ ਲਈ